ਨਹੀਂ ਦੇਣ ਆ ਲੱਗਿਆ, ਪਤਾ ਨਹੀਂ ਚੱਲਦਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕੀ ਘਰੇ ਧੀ ਦੇ ਵਿਆਹ ਦੀਆਂ ਗੱਲਾਂ ਚੱਲਦੀਆਂ। ਵਿਚੋਲਣ ਕਹਿੰਦੀ ਹੈ ਕਿ ਮੁੰਡੇ ਦੀ ਗੌਰਮੈਂਟ ਜੋਬ ਆ, ਗੱਡੀ ਗੁੱਡੀ ਦੇਣੀ ਤਾਂ ਬਣਦੀ ਕਿਉਂਕਿ ਇਹ ਕੰਮ ਵਿਚੋਲਿਆਂ ਦਾ ਹੀ ਹੁੰਦਾ। ਇੱਕ ਮੁੰਦਰੀ ਦੀ ਖਾਤਰ ਪਤਾ ਨਹੀਂ ਕੀ ਕਰਾ ਦਿੰਦੇ, ਲੇਕਿਨ ਧੀਆਂ ਤੋਂ ਵੀ ਆਪਣੇ ਮਾਂ ਪਿਓ ਦੀ ਗਰੀਬੀ ਛੁਪੀ ਨਹੀਂ ਹੁੰਦੀ। ਸੋ ਇਹ ਸਭ ਸੁਣ ਕੇ ਕੀ ਕਹਿੰਦੀ ਹੈ ਧੀ ਆਪਣੇ ਪਿਓ ਨੂੰ, ਗੌਰ ਕਰੀਏ ਜੀ ਕਿਉਂਕਿ ਇੱਕ ਇੱਕ ਗੱਲ ਸੁਣਨ ਵਾਲੀ ਹੈ। ਮੈਂ ਬਣ ਕੇ ਗਰੀਬ ਬਾਬੂ ਚਿੜ ਗਏ ਤੋਂ ਖਾਲੀ ਬੜਾ ਵਿੱਚ
ਦੇ ਦੋ ਨੁਕਸ ਤਾਂ ਕੱਢ ਹੀ ਲੈਣੇ ਆ ਜਾਂ ਤਾਂ ਮਿਲਣੀਆਂ ਪੂਰੀਆਂ ਨਹੀਂ ਹੁੰਦੀਆਂ ਜਾਂ ਫਿਰ ਮੁੰਦਰੀਆਂ ਕਮਜ਼ੋਰ ਹੁੰਦੀਆਂ ਹਾਸੇ ਵਾਲੀ ਗੱਲ ਤਾਂ ਉਦੋਂ ਆਉਂਦੀ ਨੁਕਸ ਦੇਖੋ ਕਿਸੇ ਦੀ ਧੀ ਭੈਣ ਚ ਕੀ ਕਰਨਾ ਤੁਹਾਡੀ ਧੀ ਦੇ ਤਾਂ ਕੁੜੀਆਂ ਹੀ ਆ ਮੁੰਡਾ ਤਾਂ ਹੈ ਹਾਸਾ ਆਉਂਦਾ ਜਦੋਂ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਜੇ ਸਾਡੇ ਘਰ ਕਿਸੇ ਦੀ ਆਈ ਆ ਸਾਡੀ ਵੀ ਤਾਂ ਕਿਸੇ ਦੇ ਘਰੇ ਗਈ ਆ ਉਸ ਨੂੰ ਇਸ ਦੌਰ ਚ ਲੰਘਣਾ ਪੈ ਸਕਦਾ ਇਹ ਤਾਂ ਕਰਮਾਂ ਦੀਆਂ ਗੱਲਾਂ ਸਭੀ ਲਿਖਿਆ ਹੱਥ ਮਾਰ ਕੇ ਭੋਲੇ ਗਰੀਬਾਂ ਨੇ ਗੰਦਾ ਦੌਰ ਨਸ਼ਿਆਂ ਦਾ ਚੱਲਿਆ ਹੋਇਆ ਨਾ ਗੰਦਾ ਜਿਹਦੇ ਵਿੱਚ ਸਾਡੇ ਪੰਜਾਬ ਦੀ ਜਵਾਨੀ ਤਬਾਹ ਹੁੰਦੀ ਜਾ ਰਹੀ ਹੈ ਮੈਨੂੰ ਤਾਂ ਲੱਗਦਾ ਸੀ ਠੱਲ ਪੈ ਗਈ ਹੂੰ ਲੇਕਿਨ ਆਏ ਦਿਨ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਰ ਜੇ ਇੱਥੇ ਇੱਕ ਹੋਵੇ ਮੁੰਡਾ ਜੋ ਵੀ ਗੰਦੀ ਦਲਦਲ ਦੇ ਵਿੱਚ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸ ਜਾਵੇ ਤੇ ਫਿਰ ਜਾਣਾ ਹੀ ਕਿੱਥੇ ਜੀਣਾ ਹੀ ਕਾਹਦਾ ਆਤਮਾ ਜੀ ਨੇ ਲਿਖੀ ਐਂਡ ਵਿੱਚ ਗੌਰ ਜ਼ਰੂਰ ਕਰੀਏ